ਹੁਣ ਦੇਖੋ ਟਾਈਮ ਹੋਇਆ 2:36 ਇਹ ਸਾਰਾ ਖਾਣਾ ਫਤਿਹ ਹੋ ਗਿਆ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਬਾਈ ਜੀ ਦੀ એનર્ਜੀ ਦੱਸ ਰਹੀ ਆ ਵੀ ਵਧੀਆ ਕਮਾਈ ਹੈ ਹੈ ਇਦਾਂ ਹੀ ਬਾਈ ਬਸ ਮੈਂ ਘੰਟਾ ਹੋਇਆ ਡੇਢ ਘੰਟਾ ਵੱਧ ਤੋਂ ਵੱਧ ਡੇਢ ਘੰਟਾ ਰੁਕਦਾ ਉੱਥੇ ਕਰਕੇ ਆਇਆ ਨਹੀਂ ਤਾਂ ਸੋ ਦੇਖੋ ਇਸ ਵਕਤ ਅਸੀਂ ਕਹਿੰਦਾ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਇਹ ਵੀ ਬਣ ਜਾਏਗੇ ਇਹ ਤਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਆ ਇਹ ਦੇਸ਼ ਦੇ ਨਹੀਂ ਇਹ ਦੁਨੀਆ ਦੇ ਰਾਜੇ ਆ ਦੋ ਰੋਟੀਆਂ ਹੁੰਦੀਆਂ ਨੇ ਚਾਵਲ ਹੈ ਕੜੀ ਆ ਰਾਜਮਾ ਤੇ ਇੱਕ ਸਬਜ਼ੀ ਪਨੀਰ ਦੀ ਹੁੰਦੀ ਹੈ ਤੇ ਵਿੱਚ ਕਈ ਵਾਰ ਪਾਲਕ ਪਨੀਰ ਵੀ ਆਉਂਦਾ ਮੇਰੇ ਕੋਲ ਤੇ ਮੈਂ ਕੈਬ ਡਰਾਈਵਰ ਸੀ ਰਿਹਾ ਇਲੈਕਟ੍ਰੀਸ਼ੀਅਨ ਵੀ ਆ 5 ਮੰਜ਼ਿਲੀ ਬਿਲਡਿੰਗ ਚ ਇਲੈਕਟ੍ਰੀਸ਼ੀਅਨ ਰਿਹਾ ਕੱਲਾ ਇਲੈਕਟ੍ਰੀਸ਼ੀਅਨ ਸੀਗਾ ਮੈਂ ਲੱਗਿਆ ਤਾਂ ਸੀਗਾ ਸ਼ਾਇਦ ਪੱਕਾ ਹੋ ਜਾਊਗਾ ਤੇ ਕੁਝ ਨਹੀਂ ਆ ਜੀ ਭਾਜੀ ਖਤਮ ਹੋ ਗਿਆ ਸਾਰਾ ਕੰਮ हिम्मत जी नहीं पैंदी मैं देखिया जिदा हुण आपां सैक्टर 13 बन गया मैं भी एदा ही करिया सीगा पहलां 43 लाए सी भाई साडा मूह कपिल शर्मा वर्गा लगदा कपिल शर्मा ने पग बन्नी होवे आ देखो क्लास दे जेड़े बच्चे वगैरह हैगे ओ मजाक भी करदे थोड़े नाल के कुट देना तो फड़ के हां पहला कोई काम कीता पहला इस तो पहला किन्ने कीता घरे करदा हुंदा कदे दुकान बारे भी दसदा जेड़ा मर्जी इंजन ले लो जेड़ी मर्जी पुर्जा ले लो गड्डिया दा सारा इन्हां कोल अवेलेबल हुंदा क्लास भी नहीं छड के जांदा सारा कुछ चक भी जांदा जी अच्छा जी कदे कोई एदां दा मतलब खलाड़े पाने वाला कोई कम नहीं है ठीक है लोकां नूं की एडवाइस दोगे साडे अपने सिखां नूं पंजाबियां नूं मैं तां कहंदा यार एदां दा कम करो कि जेड़े दूजी स्टेटां चों आ के साडे इत्थे कम कर रहे ने तुहानूं रब एदां ही तरक्की बख्शे हैना ते तुहाडा समान एदां ही खाली कहो के तुहाडे भांडे जाण घर नूं सो देखो इस वक्त असी चंडीगढ़ मनीमाजरा की मोटर मार्केट मौजूद हाँ तो इतने जूस दियाँ रेहड़ियाँ होंदियाँ कुलचे छोले दियाँ होंदियाँ छोले भटूरे दियाँ होंदियाँ पर कोई पंजाबी वीर नहीं सानू दिसदा हैगा तो मैनू मैं काफ़ी बार आया इधर वीर जी लगे होंदे सीगे तो मेरा कई बार दिल किया मैं इन्हां दे नाल गल करां नाल इन्हां दा इत्थे एक वीर खड़ा हुंदा सीगा मैं दूर तो अंदाजा लगांदा सी वी इह प्यो पुत होणे आ मुरे आए बई कि क्लास पढ़ते हो प्लस वन ਕਿਹੜੇ ਸਕੂਲ ਚ ਸੈਕਟਰ 26 ਸੈਕਟਰ 26 ਨਾ ਕੀ ਹੈ ਮੇਰਾ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਤੇ ਬਾਈ ਜੀ ਦਾ ਗੁਰਮੀਤ ਸਿੰਘ ਗੁਰਮੀਤ ਸਿੰਘ ਠੀਕ ਹੈ ਜੀ ਅੱਛਾ ਕਦੋਂ ਸਟਾਰਟ ਕੀਤਾ ਤੁਸੀਂ ਇੱਥੇ ਹਾਂ ਜੀ 4 ਮਹੀਨੇ ਹੋਏ ਨੇ ਮੈਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਠੀਕ ਹੈ ਜੀ ਪਰ ਰਿਸਪੌਂਸ ਬੜਾ ਵਧੀਆ ਲੱਗ ਰਿਹਾ ਬਹੁਤ ਵਧੀਆ ਭਾਜੀ ਰਿਸਪੌਂਸ ਬਹੁਤ ਵਧੀਆ ਖਾਣਾ ਬਣਾ ਸਾਰੇ ਲੋਕ ਬਹੁਤ ਅੱਛਾ ਬਣਾਤੇ ਹੈ ਬਹੁਤ ਅੱਛਾ ਖਾਣਾ ਬਣਾਤੇ ਹੈ ਜਿੰਨੇ ਦੇ 4 ਮਹੀਨੇ ਹੋ ਗਏ ਮੈਨੂੰ ਹਾਂ 4 ਮਹੀਨੇ ਤੋਂ ਲੋਕ ਰਿਪੀਟ ਆਉਂਦੇ ਨੇ ਮੇਰੇ ਕੋਲ ਹਾਂ ਕੋਈ ਵੀ ਇੱਕ ਅੱਧਾ ਕੋਈ ਬੰਦਾ ਹੋਏਗਾ ਜਿਹੜਾ ਨਹੀਂ ਆਂਦਾ ਤਕਰੀਬਨ ਜਿਹੜੇ ਫਸਟ ਦਿਨ ਮੈਂ ਆਇਆ ਸੀਗਾ ਮੈਂ ਚਲੇ ਗਿਆ ਸੀ ਬੇਟੇ ਨੂੰ ਛੱਡ ਕੇ ਤੇ ਇੱਕ ਦਾ ਕਜ਼ਨ ਬ੍ਰਦਰ ਸੀਗਾ ਉਹ ਸੀਗਾ ਨਾਲ ਉਹਨਾਂ ਦੋਨਾਂ ਛੱਡ ਕੇ ਮੈਂ ਚਲੇ ਗਿਆ ਸੀ ਮੈਂ ਬੇਟੀ ਲੈਣ ਜਾਣਾ ਸੀ 26 ਉਹ ਚ ਪੜਦੀ ਹੈ ਖਾਲਸਾ ਕਾਲਜ ਸਕੂਲ ਚ ਸਕੂਲ ਚ ਤੇ ਉਹਨੂੰ ਮੈਂ ਲੈਣ ਚਲੇ ਗਿਆ ਜਦ ਤੱਕ ਮੈਂ ਵਾਪਸ ਆਇਆ ਕਰ ਡੈਡੀ ਹਾਂ ਕੁਝ ਨਹੀਂ ਹੈ ਅੱਛਾ ਮੈਂ ਉਦੋਂ ਗੱਡੀ 'ਚ ਲਗਾਉਂਦਾ ਸੀ ਪਹਿਲੇ ਅੱਛਾ ਜੀ ਮੈਂ ਘੱਟੋ ਘੱਟ 1 ਮਹੀਨਾ ਗੱਡੀ 'ਚ ਲਗਾਇਆ ਤੇ 3 ਮਹੀਨੇ ਮੈਂ ਟੇਬਲ ਤੇ ਲਗਾ ਰਿਹਾ ਪਰ ਹੁਣ ਥੋੜੇ ਪ੍ਰਸ਼ਾਸਨ ਵਾਲੇ ਬੜੇ ਪਰੇਸ਼ਾਨ ਕਰਦੇ ਨੇ ਕੀ ਕਰੀਏ ਹੁਣ ਰੋਟੀ ਤਾਂ ਖਾਣੀ ਆ ਬੱਚੇ ਪਾਲਣੇ ਆ ਹੂੰ ਸਾਰਾ ਕੁਝ ਹੈ ਤੇ ਬਸ ਮੈਂ ਘੰਟਾ ਹੋਇਆ ਡੇਢ ਘੰਟਾ ਵੱਧ ਤੋਂ ਵੱਧ ਡੇਢ ਘੰਟਾ ਰੁਕਦਾ ਉੱਥੇ ਇਸ ਤੋਂ ਵੱਧ ਤਾਂ ਮੈਨੂੰ ਲੱਗਦਾ ਨਹੀਂ ਅੱਛਾ ਜੀ ਲੋਡ ਨਹੀਂ ਪੈਂਦੀ ਰੁਕ ਵੱਧ ਰੁਕਣੀ ਹੈ ਹੁੰਦਾ ਹੀ ਨਹੀਂ ਖਾਣਾ ਖਾਣਾ ਤੁਹਾਡੇ ਸਾਹਮਣੇ ਹੀ ਆ ਸਾਰਾ ਖਤਮ ਹੈ ਠੀਕ ਹੈ ਜੀ ਕਈ ਵਾਰੀ ਨਾ ਕਲਾਸ ਵਿੱਚ ਕਦੇ ਕੋਈ ਤੁਹਾਨੂੰ ਮੁੰਡਾ ਤੁਹਾਡੇ ਕਲਾਸ 'ਚ ਪੜਦਾ ਬੱਚਾ ਤੁਹਾਡਾ ਚੜਾਉਂਦਾ ਵੀ ਹੈ ਤੁਹਾਨੂੰ ਕੋਈ ਮਤਲਬ ਨਹੀਂ ਮੈਂ ਸਕੂਲ ਮੇਰੇ ਸਕੂਲ ਅਜੇ ਹੀ ਚੇਂਜ ਹੋਇਆ ਨਾ ਅੱਛਾ ਟੈਂਥ ਦਾ ਉਹ ਸੀ ਕਿਹੜੇ ਸਕੂਲ 'ਚ ਐਮਐਸ ਕੰਪਲੈਕਸ ਵਾਲੇ ਜੇ ਅੱਛਾ ਸੋ ਬੜਾ ਹਿੰਮਤੀ ਬੱਚਾ ਇਹ ਦੇਖੋ ਕਿਉਂਕਿ ਇਹਦੇ ਵਿੱਚ ਕੋਈ ਛੋਟਾਪਨ ਨਹੀਂ ਹੈਗਾ ਲੋਕੀ ਆਮ ਤੌਰ ਦੇ ਉੱਤੇ ਕਹਿਣ ਲੱਗ ਜਾਂਦੇ ਆ ਲੇਕਿਨ ਇਹਨਾਂ ਕੰਮਾਂ ਦੇ ਵਿੱਚ ਬਹੁਤ ਵਧੀਆ ਕਮਾਈ ਹੈ ਸੋ ਬਾਈ ਜੀ ਦੀ એનર્ਜੀ ਦੱਸ ਰਹੀ ਆ ਵੀ ਵਧੀਆ ਕਮਾਈ ਹੈ ਹੈ ਇਦਾਂ ਹੀ ਭਾਜੀ ਪਹਿਲਾਂ ਕੀ ਕੰਮ ਕਰਦੇ ਸੀ ਭਾਜੀ ਮੈਂ ਕੈਬ ਡਰਾਈਵਰ ਸੀ ਰਿਹਾ ਅੱਛਾ ਇਲੈਕਟ੍ਰੀਸ਼ੀਅਨ ਵੀ ਆ 5 ਮੰਜ਼ਿਲੀ ਬਿਲਡਿੰਗ ਚ ਇਲੈਕਟ੍ਰੀਸ਼ੀਅਨ ਰਿਹਾ ਕੱਲਾ ਇਲੈਕਟ੍ਰੀਸ਼ੀਅਨ ਸੀਗਾ ਮੈਂ ਅੱਛਾ ਤੇ ਉੱਥੇ ਵੀ ਕੰਮ ਕੀਤਾ ਇਦਾਂ ਹੀ ਕੰਮ ਕਰ ਜਿੱਦਾਂ ਹੁਣ ਵੀ ਕੰਮ ਕਰ ਰਿਹਾ ਇਦਾਂ ਹੀ ਉੱਥੇ ਵੀ ਕੰਮ ਕੀਤਾ ਬਟ ਉੱਥੇ ਲੱਗਿਆ ਤਾਂ ਸੀਗਾ ਸ਼ਾਇਦ ਪੱਕਾ ਹੋ ਜਾਊਗਾ ਕਦੇ ਪਹਿਲੇ ਇਦਾਂ ਹੀ ਸੀਗਾ ਫਿਰ ਕੰਟਰੈਕਟ ਬੇਸ ਹੋ ਗਿਆ ਉੱਥੇ ਫਿਰ ਕੰਟਰੈਕਟ ਬੇਸ ਤੇ ਚਲੇ ਗਿਆ ਕੰਟਰੈਕਟ ਬੇਸ ਤੋਂ ਫਿਰ ਹਾਰ ਕੇ ਜਦੋਂ
ਉਦੋਂ ਵੱਧ ਵੀ ਘੱਟ ਤੋਂ ਘੱਟ ਸੈਲਰੀ ਜਾਂਦੀ ਰਹੀ ਨੀਚੇ ਤੱਕ ਫਿਰ ਮੈਂ ਕਿਹਾ ਯਾਰ ਨਹੀਂ ਯਾਰ ਹੁਣ ਛੱਡੀ ਜਾਏ ਹੈ ਨਾ ਫਿਰ ਛੱਡ ਕੇ ਮੈਂ ਆਪਣੀ ਕੈਬ ਲੈ ਲਈ ਕੈਬ ਚਲਾਈ ਫਿਰ 5-6 ਸਾਲ ਮੈਂ ਕੈਬ ਚਲਾਈ ਹੈ ਫਿਰ ਹੁਣ ਮੈਂ ਕਿਹਾ ਕੈਬ 'ਚ ਵੀ ਕੁਛ ਨਹੀਂ ਹੈ ਭਾਅ ਜੀ ਉੱਥੇ ਬਸ ਉਹੀ ਅਟ ਗਿਆ ਹੋਇਆ 1500 ਉੱਤੇ ਕੰਮ ਅਟਕਿਆ ਹੋਇਆ ਬਸ ਉਹ ਕਰਕੇ ਚਲੇ ਜਾਓ ਕਰਨਾ ਹੋਰ ਕੋਈ ਜ਼ਿਆਦਾ ਨਹੀਂ ਅਤੇ ਭਾਅ ਜੀ ਬਸ ਇਹ ਹੁਣ ਇਹ ਸਟਾਰਟ ਕੀਤਾ ਹੋਇਆ ਚਲੋ ਰਿਸਪੋਂਸ ਤਾਂ ਅੱਛਾ ਹੈ ਬਟ ਹੁਣ ਜੇ ਪ੍ਰਸ਼ਾਸਨ ਨਹੀਂ ਤੰਗ ਕਰੂਗਾ ਤਾਂ ਆਇਆ ਪ੍ਰਸ਼ਾਸਨ ਕਹਿੰਦਾ ਕੀ ਹੈ ਪ੍ਰਸ਼ਾਸਨ ਕਹਿੰਦਾ ਵੀ ਨਹੀਂ ਇੱਥੇ ਹੁਣ ਰੋਡ 'ਤੇ ਨਹੀਂ ਤੁਸੀਂ ਲਗਾ ਸਕਦੇ ਪਹਿਲੇ ਮੈਂ ਇੱਥੇ ਲਗਾਉਂਦਾ ਸੀਗਾ ਬਾਹਰ ਰੋਡ 'ਤੇ ਅਤੇ ਫਿਰ ਮੈਂ ਥੋੜ੍ਹਾ ਅੰਦਰ ਕਰਕੇ ਲਗਾ ਰਿਹਾ ਕਿ ਤਾਂ ਕਿ ਯਾਰ ਨਾ ਆਉਣ ਜੇ ਆਉਣਗੇ ਵੀ ਤਾਂ ਚਲੋ ਦੇਖਿਆ ਜਾਏਗਾ ਕੁਛ ਕਰਿਆ ਜਾਏਗਾ ਲਾਇਸੈਂਸ ਅਜੇ ਬਣ ਨਹੀਂ ਰਹੇ ਕੋਸ਼ਿਸ਼ ਪੂਰੀ ਕਰੀਏ ਕਿ ਲਾਇਸੈਂਸ ਬਣ ਜਾਣ ਪਰ ਨਹੀਂ ਬਣ ਰਹੇ ਲਾਇਸੈਂਸ ਵਗੈਰਾ ਵੀ ਕਿਆ ਕਰੀਏ ਜੀ ਹੁਣ ਰੋਟੀ ਤਾਂ ਖਾਣੀ ਹੈ ਪਰ ਕੋਸ਼ਿਸ਼ ਕਰਾਂਗੇ ਕਿ ਭਾਜੀ ਜਿਹੜੇ ਜਿੱਦਾਂ ਹੁਣ ਉਹ ਪਿੱਛੇ ਮੈਂ ਦੇਖ ਰਿਹਾ ਉਹ ਛੋਲੇ ਭਟੂਰੇ ਵਾਲੇ ਖੜੇ ਨੇ ਹੋਰ ਇੱਥੇ ਜੂਸ ਵਾਲੇ ਵੀ ਖੜੇ ਹੁੰਦੇ ਵੀ ਸਟਾਰਟ ਕੀਤੇ ਸੀਗੇ ਮੈਂ ਭਾਜੀ ਇੱਥੇ ਉਹ ਵੀ ਸਿਰਫ ਇੱਕ ਦਿਨ ਹੀ ਲਗਾਏ ਸੀ ਉਸ ਦਿਨ ਪਰ ਕਮੇਟੀ ਵਾਲੇ ਕਹਿੰਦੇ ਵੀ ਤੂੰ ਜ਼ਿਆਦਾ ਖਲਾਰਾ ਪਾਇਆ ਹੋਇਆ ਪੁਰਾਣਾ ਟਮਕਾਣਾ ਜਦਕਿ ਕੁਛ ਵੀ ਨਹੀਂ ਸੀ ਇੱਕ ਇੱਦਾਂ ਟੇਬਲ ਮੈਂ ਇੱਥੇ ਹੀ ਲਗਾਇਆ ਹੋਇਆ ਸੀਗਾ ਬਸ ਇੰਨਾ ਕੀ ਕੰਮ ਸੀਗਾ ਫਾਲਤੂ ਕੋਈ ਕੰਮ ਨਹੀਂ ਸੀਗਾ ਤੇ ਜਿੱਦਾਂ ਹੋਰਾਂ ਨੇ ਲਾਇਆ ਹੋਇਆ ਉਹਨਾਂ ਨੇ ਫਿਰ ਲਾਇਸੈਂਸ ਦਿੱਤਾ ਹੋਇਆ ਇਹ ਖੜਿਆ ਇੱਥੇ ਇਹਦਾ ਪਰ ਲਾਇਸੈਂਸ ਇੱਥੇ ਦਾ ਨਹੀਂ ਹੈਗਾ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਦੇ ਪਰ ਪੰਜਾਬੀ ਬੰਦਾ ਇੱਕ ਤਾਂ ਦੇਖ ਕੇ ਜ਼ਿਆਦਾ ਆਉਂਦੇ ਨੇ ਲੋਕ ਹਨਾ ਤੇ ਇਹ ਖੜਿਆ ਬਾਈ ਪਰ ਇਹਦਾ ਲਾਇਸੈਂਸ ਹੈਗਾ ਪਿੱਛੇ ਦਾ ਉਹਦੀ ਰੇੜੀ ਲੱਗ ਗਈ ਹੈ ਆਲਰੇਡੀ ਲੱਗੀ ਹੈ ਪਿੱਛੇ ਟਰੱਕ ਮਾਰਕੀਟ ਦੇ ਵਿੱਚ ਦਾ ਲਾਇਸੈਂਸ ਹੈ ਇਹਦਾ ਤੇ ਪਰ ਇਹ ਇੱਥੇ ਖੜਦਾ ਹੈ ਤੇ ਪਰ ਇਹਨੂੰ ਕੁਛ ਨਹੀਂ ਕਹਿੰਦੇ ਇਹ ਹੀ ਮੇਰੀ ਕੰਪਲੇਂਟ ਕਰਦਾ ਹੈ ਕਿ ਹਾਂ ਇਹ ਕਿਉਂ ਖੜਿਆ ਇੱਥੇ ਪੰਜਾਬੀ ਬੰਦੇ ਹਾਂ ਅਸੀਂ ਮੈਂ ਖੁਦ ਇੱਥੇ ਦਾ ਹੀ ਵਸਿੰਦਾ ਹਾਂ ਸਾਨੂੰ ਚੰਡੀਗੜ੍ਹ ਤੋਂ ਇੱਥੇ ਭੇਜਿਆ ਗਿਆ ਅਸੀਂ ਇੱਥੇ ਦੇ ਹੀ ਹਾਂ ਰਹਿਣ ਵਾਲੇ ਪਰ ਚਲੋ ਅਸੀਂ ਲੇਟ ਆਏ ਹਾਂ ਪਰ ਚਲੋ ਕੋਈ ਨਹੀਂ ਰਿਸਪੋਂਸ ਅੱਛਾ ਹੈ ਬਸ ਕੋਈ ਨਹੀਂ ਕੋਸ਼ਿਸ਼ ਕਰਾਂਗੇ ਕਿ ਰੈਗੂਲਰ ਚਲਾਇਆ ਜਾਏ ਕੁਛ ਨਹੀਂ ਹੈ ਜੀ ਭਾਜੀ ਖਤਮ ਹੋ ਗਿਆ ਸਰ ਆਪਣਾ ਸੋ ਬਾਈ ਕਾਫੀ ਦੂਰ ਦੂਰ ਤੋਂ ਰੇਹੜੀ ਵਾਲੇ ਵੀ ਆ ਰਹੇ ਆ ਕਿਉਂਕਿ ਬਾਈ ਜੀ ਦਾ ਵਾਜਿਬ ਰੇਟ ਹੋਣਾ ਬਾਈ ਜੀ ਕਿੰਨਾ ਕੁ ਪ੍ਰਾਈਸ ਰੱਖਿਆ ਤੁਸੀਂ 30 ਰੁਪਏ ਤੇ ਮੇਰੀ ਥਾਲੀ ਹੈ ਜਿਹੜੀ ਮੇਰੀ ਇਹੀ ਪ੍ਰੋਫੈਸ਼ਨਲ ਥਾਲੀ ਹੈ ਸਾਰੀ ਕੁਝ ਜੋ ਵੀ ਹੈ ਇਹੀ ਫੇਮਸ ਹੈ ਸਭ ਕੁਝ ਹੈ ਉਹਦੇ 'ਚ 2 ਰੋਟੀਆਂ ਆਉਂਦੀਆਂ ਨੇ ਚਾਵਲ ਹੈ ਕੜੀ ਹੈ ਰਾਜਮਾਹ ਤੇ ਇੱਕ ਸਬਜ਼ੀ ਪਨੀਰ ਦੀ ਹੁੰਦੀ ਹੈ ਤੇ ਵਿੱਚ ਕਈ ਵਾਰ ਪਾਲਕ ਪਨੀਰ ਵੀ ਆਉਂਦਾ ਮੇਰੇ ਕੋਲ ਤੇ ਜਾਂ ਕੜੀ ਰਾਜਮਾਹ ਤਾਂ ਮੇਰੇ ਰੈਗੂਲਰ ਰਹਿੰਦੇ ਆ ਇਹ ਅਗਰ ਰਾਜਮਾਹ ਨਹੀਂ ਹੁੰਦੇ ਤਾਂ ਮੇਰੇ ਕੋਲ ਚਨੇ ਆਉਂਦੇ ਆ ਵੈਸੇ ਕੋਈ ਦਿਨ ਹੁੰਦਾ ਉਹ ਚਨੇ ਵਾਲਾ ਵੈਸੇ ਰਾਜਮਾਹ ਔਰ ਕੜੀ ਰੈਗੂਲਰ ਹੁੰਦਾ ਹੈ ਇੱਕ ਵਾਰੀ ਥੋੜਾ ਜਿਹਾ ਦਿਖਾਓਗੇ ਸਾਨੂੰ ਵੈਸੇ ਤਾਂ ਹੁਣ ਤਾਂ ਫਤਿਹ ਹੋ ਗਈ ਆ ਦੇਖੋ ਤੁਸੀਂ ਪਰ ਚੰਗਾ ਲੱਗਦਾ ਹਨਾ ਵੀ ਫਤਿਹ ਹੋ ਗਈ ਦੇਖੋ ਬਾਈ ਜੀ ਦੀ ਇੱਕ ਮੈਂ ਨੀਚੇ ਰੱਖਦਾ ਸੀ ਤਾਂ ਕਿ ਦੁਬਾਰੇ ਨਾ ਪੁੱਛੀ ਜਾਣਕਾਰੀ ਕਰੇ ਪਨੀਰ ਨਹੀਂ ਤਾਂ ਇੱਥੇ ਦਿਖਦਾ ਨਹੀਂ ਤਾਂ ਉਹ ਦਿਖਾਇਓ ਪਨੀਰ ਵਾਲਾ ਵੀ ਦਿਖਾਇਓ ਇੱਕ ਵਾਰੀ ਨਹੀਂ ਬਾਈ ਖਾਲੀ ਆ ਦੇਖੋ ਪਨੀਰ ਵਾਲਾ ਵੀ ਬਾਈ ਜੀ ਕੀ ਬਾਤ ਹੈ ਜੀ ਸੋ ਬਾਈ ਜੀ ਦੇ ਸਟਾਰਟਿੰਗ ਕੀਤੀ ਤੁਸੀਂ ਮਨ 'ਚ ਥੋੜਾ ਡਰ ਸੀਗਾ ਨਹੀਂ ਡਰ ਨਹੀਂ ਸੀਗਾ ਐਕਚੁਅਲੀ ਥੋੜ੍ਹਾ ਜਿਹਾ ਸੀਗਾ ਵੀ ਪਤਾ ਨਹੀਂ ਖੜਨ ਦੇਣਗੇ ਪਤਾ ਨਹੀਂ ਖੜਨ ਦੇਣਗੇ ਬਸ ਸਿਰਫ ਇੰਨਾ ਕੁ ਡਰ ਸੀਗਾ ਔਰ ਖਾਣੇ ਵੱਲੋਂ ਨਹੀਂ ਸੀ ਕਿਉਂਕਿ ਖਾਣੇ ਦਾ ਤਾਂ ਅਗਰ ਮੈਂ ਘਰੇ ਵੀ ਖਾਣਾ ਬਣਾਉਂਦਾ ਹੁੰਦਾ ਸੀ ਤਾਂ ਮੇਰੇ ਰਿਲੇਟਿਵ ਜਿਹੜੇ ਆਉਂਦੇ ਸੀ ਉਹ ਕਹਿੰਦੇ ਸੀ ਤੁਸੀਂ ਕਿਤੇ ਸ਼ੋਪ ਖੋਲ੍ਹ ਲਓ ਕਾਫੀ ਵਾਰ ਚਾਂਸ ਵੀ ਕਰ ਮਿਲਿਆ ਪਰ ਨਹੀਂ ਛੋਟੇ ਛੱਡੋ ਯਾਰ ਕੀ ਕੰਮ ਹੈ ਇਹਦੇ ਪਰ ਹੁਣ ਪਤਾ ਲੱਗਦਾ ਕਿ ਨਹੀਂ ਯਾਰ ਅਸੀਂ ਪਹਿਲੇ ਕਰਿਆ ਹੁੰਦਾ ਤਾਂ ਮਤਲਬ ਇੰਨਾ ਵਧੀਆ ਲੋਕਾਂ ਦਾ ਰਿਸਪੋਂਸ ਹੈ ਲੋਕ ਇੰਨੇ ਪਿਆਰ ਕਰਦੇ ਨੇ ਖਾਣਾ ਲੋਕਾਂ ਨੂੰ ਅੱਛਾ ਲੱਗਦਾ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਮੈਂ 50 ਥਾਲੀਆਂ ਜਾਂ 60 ਥਾਲੀਆਂ ਵੇਚਦਾ ਉਹਦੇ ਕੋਲ 20 ਬੰਦੇ ਤਾਂ ਖੁਦ ਕਹਿ ਕੇ ਜਾਂਦੇ ਬਾਈ ਜੀ ਬਹੁਤ ਟੇਸਟੀ ਖਾਣਾ ਸਿਰਫ ਮੈਨੂੰ ਇੰਨਾ ਖੁਸ਼ੀ ਮਿਲ ਜਾਂਦੀ ਹੈ ਬਹੁਤ ਕਿ ਬਹੁਤ ਵਧੀਆ ਅੱਛਾ ਬਾਈ ਜੀ ਇੱਥੇ ਸ਼ੋਰੂਮ ਵਾਲੇ ਨੇ ਇਹ ਬਾਈ ਜੀ ਕਿੱਦਾਂ ਦਾ ਖਾਣਾ ਬਣਾਉਂਦੇ ਆ ਤੁਸੀਂ ਦੱਸੋ ਬਹੁਤ ਵਧੀਆ ਬਣਾਉਂਦੇ ਇਹ ਭਾਜੀ ਫਸਟ ਦਿਨ ਤੋਂ ਆ ਰਹੇ ਆ ਮੇਰੇ ਕੋਲ ਅੱਛਾ ਜੀ ਬਾਈ ਜੀ ਦੇ ਇੱਥੇ ਸ਼ੌਪ ਹੈਗੀ ਸ਼ੋਰੂਮ ਹੈ ਇੱਥੇ ਸਾਹਮਣੇ ਉਹ ਥੋੜਾ ਮੈਂ ਇਹਦੇ ਦੁਕਾਨ ਬਾਰੇ ਵੀ ਦੱਸਦਾ ਜਿਹੜਾ ਮਰਜ਼ੀ ਇੰਜਨ ਲੈ ਲਓ ਜਿਹੜੀ ਮਰਜ਼ੀ ਪੁਰਜਾ ਲੈ ਲਓ ਗੱਡੀਆਂ ਦਾ ਸਾਰਾ ਇਹਨਾਂ ਕੋਲ ਅਵੇਲੇਬਲ ਹੁੰਦਾ ਭਾਜੀ ਥੈਂਕ ਯੂ ਤੁਸੀਂ ਆਏ ਹੋ ਅੱਛਾ ਮੈਨੂੰ ਨਾ ਇੱਕ ਗੱਲ ਦੱਸੋ ਜਿਹੜਾ ਬੰਦਾ ਹੁੰਦਾ ਨਾ ਲੋਕਲ ਬੰਦਾ ਹਾਂਜੀ ਉਹ ਉੱਥੇ ਕੰਮ ਕਰਨ ਦੀ ਨਾ ਉਹਦੀ ਹਿੰਮਤ ਜੀ ਨਹੀਂ ਪੈਂਦੀ ਮੈਂ ਦੇਖਿਆ ਰੇ ਜਿੱਦਾਂ ਹੁਣ ਆਪਾਂ ਸੈਕਟਰ 13 ਬਣ ਗਿਆ ਹੁਣ ਇਹ ਮੈਂ ਵੀ ਇਦਾਂ ਹੀ ਕਰਿਆ ਸੀਗਾ ਪਹਿਲਾਂ 43 ਲਾਏ ਸੀ ਹਾਂ ਪਹਿਲਾਂ 43 ਲਾਏ ਸੀ ਬਟ ਉੱਥੇ ਕੋਰਟ ਕਰਕੇ ਔਰ ਥੋੜਾ ਵੀਆਈਪੀ ਜਿਹਾ ਏਰੀਆ ਕਰਕੇ ਨਾ ਉੱਥੇ ਲਗਾ ਨਹੀਂ ਦਿੰਦੇ ਸਿਰਫ ਉੱਥੇ ਚਾਹ ਵਾਲੇ ਬੈਠੇ ਨੇ 2 ਜਾਂ 3 ਚਾਹ ਵਾਲੇ ਨੇ ਉਹ ਪਤਾ ਨਹੀਂ ਉਹਨਾਂ ਦੇ ਲਾਇਸੈਂਸ ਹੈਗੇ ਆ ਪਤਾ ਨਹੀਂ ਆਇਆ ਮੈਨੂੰ ਨਹੀਂ ਪਤਾ ਬਟ ਮੈਨੂੰ ਉਹਨਾਂ ਨੇ 15-20 ਦਿਨ ਜ਼ਿਆਦਾ ਤੋਂ ਜ਼ਿਆਦਾ 15-20 ਦਿਨ ਖੜਨ ਦਿਆ ਸੀਗਾ ਵਿੱਚ 'ਚ ਮੈਂ ਛੁੱਟਿਆ ਵੀ ਕਰਦਾ ਸੀਗਾ ਉੱਥੇ ਫਿਰ ਉਹ ਤੋਂ ਬਾਅਦ ਹੀ ਮੈਂ ਮਤਲਬ ਇੱਥੇ ਆਇਆ ਸੀ ਅੱਛਾ ਠੀਕ ਹੈ ਇੱਥੇ ਪਰ ਮੈਨੂੰ ਜ਼ਿਆਦਾ ਵਧੀਆ ਰਿਸਪੋਂਸ ਅੱਛਾ ਬਾਈ ਜੀ ਚਿਤਕਾਰਾ ਯੂਨੀਵਰਸਿਟੀ ਤੋਂ ਤੇ ਕਿਹੜੀ ਕਿੱਥੋਂ ਆਏ ਤੁਸੀਂ ਮੈਂ ਮਹਿੰਦਰਾ ਅੱਛਾ ਮਹਿੰਦਰਾ ਤੋਂ ਇੱਕ ਚਿਤਕਾਰਾ ਵਾਲੀ ਵੀ ਖੜੇ ਸੀ ਪਹਿਲਾਂ ਇੱਥੇ ਹੈ ਨਾ ਕਿੱਦਾਂ ਦਾ ਲੱਗਿਆ ਖਾਣਾ ਵਧੀਆ ਬਸ ਕਿਉਂਕਿ ਬੰਦਾ ਆਪਣੀ ਤਾਰੀਫ ਤਾਂ ਸਾਰੇ ਹੀ ਕਰਦੇ ਹੁੰਦੇ ਆ ਤੇ ਅਸਲ ਤਾਂ ਉਦੋਂ ਪਤਾ ਲੱਗਦਾ ਵੀ ਜਦੋਂ ਦੂਜਾ ਬੰਦਾ ਕਰੇ ਇਹ ਫਿਰ ਲੱਸੀ ਹੈ ਇਹ ਹਾਂਜੀ ਲੱਸੀ ਹੁੰਦੀ ਹੈ ਭਾਜੀ ਰੋਜ਼ ਅੱਛਾ ਬਾਈ ਲੱਸੀ ਰੱਖਦੇ ਹੈਗੇ ਆ ਤੇ ਬਾਈ ਤੋਂ ਛੋਟੇ ਤੋਂ ਪੁੱਛਦੇ ਆ ਹੁਣ ਤੁਸੀਂ ਸਟਾਰਟਿੰਗ ਤੋਂ ਹੀ ਆ ਰਹੇ ਹੋ ਹੈ ਨਾ ਕਿੱਦਾਂ ਦਾ ਲੱਗਿਆ ਪਹਿਲੇ ਦਿਨ ਤੁਹਾਡੇ ਪਾਪਾ ਕਹਿੰਦੇ ਕਿ ਛੱਡ ਕੇ ਚਲੇ ਗਏ ਸੀ ਤੁਹਾਨੂੰ ਹੈ ਨਾ ਤੇ ਇਕੱਲਿਆਂ ਨੇ ਸੰਭਾਲੀ ਫਿਰ ਪਹਿਲਾਂ ਕੋਈ ਕੰਮ ਕੀਤਾ ਪਹਿਲਾਂ ਇਸ ਤੋਂ ਪਹਿਲਾਂ ਕਿੰਨੇ ਕੀਤਾ ਘਰੇ ਘਰੇ ਕਰ
ਉਹ ਭਾਈ ਤੂੰ ਸ਼ਰਮਾਏ ਬਹੁਤ ਉਹ ਖੜ ਜਾ ਉਹ ਕਰ ਲੈ ਮੂੰਹ ਇੱਧਰ ਵੀਰਾ ਉਹ ਲੈ ਖਾਣਾ ਕਿੱਦਾਂ ਲੱਗਾ ਬਹੁ ਵਾਂਗੂ ਸ਼ਰਮਾ ਰਿਹਾ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਪਲੱਸ 1 ਚ ਦੱਸਿਆ ਹਾਂ ਸੌਰੀ ਯਾਰ ਮੈਂ ਭੁੱਲ ਗਿਆ ਸੀਗਾ ਤੇ ਮੰਮੀ ਕੀ ਕਹਿੰਦੇ ਆ ਮੰਮੀ ਨੇ ਕਿਆ ਕਹਿਣਾ ਵੈਸੇ ਅੱਛਾ ਇੱਥੇ ਸਵੇਰੇ ਕਿੰਨੇ ਵਜੇ ਆਉਂਦੇ ਹੋ ਦੁਪਹਿਰੇ ਆਉਂਦੇ ਹੋ ਕਿੰਨੇ ਵਜੇ 12:30 1 ਵਜੇ ਫਿਰ ਘਰ ਤਿਆਰ ਕਰਦੇ ਹੋ ਪਹਿਲਾਂ ਸਾਰਾ ਕੌਣ ਮਦਦ ਕਰਦਾ ਮੰਮੀ ਕਰਦੇ ਆ ਫਿਰ ਤੁਸੀਂ ਡੈਡੀ ਦੇ ਨਾਲ ਇੱਥੇ ਆ ਜਾਂਦੇ ਹੋ ਹੁਣ ਛੁੱਟੀਆਂ ਹੋਈਆਂ ਸਕੂਲ ਦੀਆਂ ਠੀਕ ਆ ਕਿੱਦਾਂ ਦਾ ਲੱਗਦਾ ਤੁਹਾਨੂੰ ਜਿੱਦਾਂ ਹੁਣ ਇਹ ਆਪਣਾ ਕੰਮ ਹੈ ਇੱਕ ਹਨਾ ਤੁਹਾਨੂੰ ਕਿੱਦਾਂ ਦਾ ਲੱਗਦਾ ਵਧੀਆ ਲੱਗਦਾ ਪਾਪਾ ਕਿੱਥੇ ਗਏ ਅੱਛਾ ਗੱਡੀ ਲੈਣ ਗਏ ਹੁਣ ਚੱਲੇ ਹੋ ਫਿਰ ਹੈ ਹੁਣ ਟਾਈਮ ਦਿਖਾਇਓ ਮਾੜਾ ਜਿਹਾ ਤੁਸੀਂ ਦਿਖਾਓ ਆਪਣੇ ਮੋਬਾਈਲ 'ਚ ਕਿਉਂਕਿ ਮੇਰੇ 'ਚ ਹੁਣ ਦੇਖੋ ਟਾਈਮ ਹੋਇਆ 2:36 ਤੇ ਹੁਣ ਫਤਿਹ ਹੋ ਗਈ ਹੈ ਸਾਰਾ ਖਾਣਾ ਫਤਿਹ ਹੋ ਗਿਆ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਵੀ ਨਾਲੇ ਥੋੜ੍ਹੇ ਟਾਈਮ ਦੀ ਇਹ ਗੇਮ ਹੈਗੀ ਆ ਤੇ ਥੋੜ੍ਹੇ ਟਾਈਮ 'ਚ ਫਾਰਗ ਵੀ ਹੋ ਜਾਂਦੇ ਆ ਬਾਈ ਕਹਿੰਦਾ ਮੇਰੀ ਵੀਡੀਓ ਨਾ ਬਣਾਇਓ ਗੁੜ ਖਾ ਲਓ ਨਾ ਤਾਂ ਦੱਸਦੇ ਅੱਛਾ ਉੱਧਰ ਮੂੰਹ ਕਰਕੇ ਦੱਸਦੇ ਚਲੋ ਵਿਆਹ ਹੋ ਗਿਆ ਤਾਹੀ ਜਵਾਰਿਆ ਹਲੇ ਹੈ ਮੂੰਹ ਉਹਨੇ ਸੋਹਣਾ ਬਹੁਤ ਹੈ ਯਾਰ ਮਿਹਨਤ ਕਰਦਾ ਉਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਹੈ ਮਿਹਨਤ ਕਰਨ ਵਾਲੇ ਬੰਦੇ ਤਾਂ ਆਪਣਾ ਮੂੰਹ ਮੂਹਰੇ ਰੱਖਦੇ ਆ ਤੁਸੀਂ ਕਿਹੜਾ ਚੋਰੀ ਕਰ ਰਹੇ ਯਾਰ ਸਹੀ ਕਿਹਾ ਮੈਂ ਅੱਛਾ ਮੈਨੂੰ ਐਂ ਦੱਸੋ ਕਲਾਸ ਦੇ ਜਿਹੜੇ ਬੱਚੇ ਵਗੈਰਾ ਹੈਗੇ ਉਹ ਮਜ਼ਾਕ ਵੀ ਕਰਦੇ ਤੁਹਾਡੇ ਨਾਲ ਕਿ ਕੁੱਟ ਦਿੰਦਾ ਤੂੰ ਫੜ ਕੇ ਜ਼ਿਆਦਾ ਨਹੀਂ ਬੁਲਾਉਂਦਾ ਅੱਛਾ ਕੁਛ ਕੋਈ ਕਹਿੰਦਾ ਵੀ ਹੈਗਾ ਵੀ ਤੁਸੀਂ ਕਿੱਥੇ ਕੰਮ ਕੀਤਾ ਹੋਇਆ ਇਦਾਂ ਦੀ ਗੱਲਾਂ ਵੀ ਕੋਈ ਕਰਦਾ ਕੋਈ ਨੀ ਸਹੀ ਹੈ ਹਾਂ ਨਹੀਂ ਨਹੀਂ ਬਿਲਕੁਲ ਸਹੀ ਹੈ ਤੁਸੀਂ ਬਹੁਤ ਵਧੀਆ ਕੀਤਾ ਔਰ ਮੈਂ ਕਹੂੰਗਾ ਸਾਰੇ ਪੰਜਾਬੀਆਂ ਨੂੰ ਇਹ ਕਰਨੇ ਚਾਹੀਦੇ ਆ ਆਪਣੇ ਬੰਦੇ ਸ਼ਰਮਾਉਂਦੇ ਬਹੁਤ ਹੈ ਹਨਾ ਹੁਣ ਵਧੀਆ ਚੱਲਦਾ ਹੈ ਪਾਪਾ ਜਿੱਦਾਂ ਪਹਿਲਾਂ ਤੇਰੇ ਪਾਪਾ ਨੇ ਦੱਸਿਆ ਕਿ ਕਾਫੀ ਕੰਮ ਕੀਤੇ ਹਨਾ ਸਾਰੇ ਕੰਮ ਕੀਤੇ ਤੇ ਇਹ ਸਭ ਤੋਂ ਬੈਸਟ ਲੱਗਿਆ ਸੋ ਇਹ ਸਭ ਤੋਂ ਬੈਸਟ ਕੰਮ ਲੱਗਿਆ ਬਾਈ ਦਾ ਤੁਸੀਂ ਬਾਈ ਜੀ ਛਕਣ ਆਏ ਸੀਗੇ ਇੱਧਰ ਕਹਿੰਦਾ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਇਹ ਵੀ ਬਣ ਜਾਏਗੇ ਇਹ ਤਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਹੈ ਇਹ ਦੇਸ਼ ਦੇ ਨਹੀਂ ਇਹ ਦੁਨੀਆਂ ਦੇ ਰਾਜੇ ਆ ਹੈ ਏਦਾਂ ਹੀ ਆ ਅੱਛਾ ਹੋਰ ਕੀ ਕੀ ਰੱਖਦੇ ਹੋ ਥੋੜਾ ਜਿਹਾ ਦੱਸਿਓ ਸਲਾਦ ਵੀ ਹੁੰਦਾ ਹੈ ਲੱਸੀ ਵੀ ਹੁੰਦੀ ਆ ਠੀਕ ਹੈ ਰਾਇਤਾ ਵੀ ਹੁੰਦਾ ਲੱਸੀ ਕਿਹਦੇ ਵਿੱਚ ਲੈ ਕੇ ਆਉਂਦੇ ਹੋ ਇੱਧਰ ਵਰਕਸ਼ਾਪ ਵਾਲੇ ਵੀਰ ਲੱਸੀ ਘੱਟ ਪੀਂਦੇ ਆ ਨਾ ਚਾਹ ਜ਼ਿਆਦਾ ਪੀਂਦੇ ਆ ਇਸ ਕਰਕੇ ਸ਼ਾਇਦ ਤੁਸੀਂ ਘੱਟ ਲੈ ਕੇ ਆਉਂਦੇ ਹੋ ਕਿਸੇ ਨੇ ਪੀਣੀ ਆ ਤਾਂ ਪੀ ਸਕਦਾ ਹੈ ਆਪ ਯਹੀ ਸਿਖਾਤੇ ਹੋ ਠੀਕ ਬਣਾਤੇ ਹੈ ਸਿਸਟਰ ਹੈ ਤੂੰ ਹੈ ਤੇ ਮੰਮੀ ਪਾਪਾ ਹੈ ਇੱਥੋਂ ਦੇ ਹੀ ਰਹਿਣ ਵਾਲੇ ਹੋ ਮੇਰੀ ਮਾਜਰੇ ਦੇ ਠੀਕ ਹੈ ਜੀ ਉਹ ਭਾਈ ਸਾਹਿਬ ਵੀ ਆ ਗਏ ਹੁਣ ਅੱਛਾ ਉਹ ਤੰਬੂ ਵੀ ਰੱਖਿਆ ਹੋਇਆ ਉੱਤੇ ਤਰਪਾਲ ਹੈ ਉਹ ਵੀ ਲਗਾ ਲੈਂਦੇ ਹੋ ਜੇ ਮੀਂਹ ਕਿਣੀ ਆਵੇ ਸੋ ਬਾਈ ਜੀ ਨੇ ਦੇਖੋ ਅੱਗੇ ਫੋਟੋ ਲਾਈ ਹੋਈ ਹੈ ਮੈਂ ਫੋਟੋ ਦਿਖਾਵਾਂ ਉਹ ਕੋਟ ਪੈਂਟ 'ਚ ਤੁਹਾਡੀ ਫੋਟੋ ਵੀਰ ਜੀ ਇਹ ਆਹ ਦੇਖੋ ਬਾਈ ਭਾਈ ਜੀ ਤੁਹਾਡਾ ਮੂੰਹ ਕਪਿਲ ਸ਼ਰਮਾ ਵਰਗਾ ਲੱਗਦਾ ਕਿੱਥੇ ਗਏ ਹੈ ਹੈ ਨੀ ਇਹਦੀ ਕੋਟ ਪੈਂਟ 'ਚ ਉੱਦਾਂ ਹੀ ਲੱਗ ਰਿਹਾ ਕਪਿਲ ਸ਼ਰਮਾ ਨੇ ਪੱਗ ਬੰਨੀ ਹੋਵੇ ਜੇ ਆਹ ਦੇਖੋ ਕਲੀਅਰ ਫੋਟੋ ਤਾਂ ਨੀ ਪਈ ਵਾਲੀ ਅੱਛਾ ਫੋਨ 'ਚ ਚਲੋ ਹੁਣ ਬਾਈ ਜੀ ਕਿਉਂਕਿ ਸਮਾਪਤੀ ਹੋ ਗਈ ਆ ਤਾਂ ਸਾਰਾ ਕੁਛ ਹੁਣ ਰੱਖ ਰਹੇ ਆ ਤਾਂ ਟਾਈਮ ਵੀ ਦੇਖੋ ਘੱਟ ਹੈਗਾ ਹਨਾ ਵੀ ਸਵੇਰੇ ਭਾਜੀ ਸਵੇਰੇ ਕਿੰਨੇ ਵਜੇ ਆਉਂਦੇ ਹੋ ਤੁਸੀਂ ਭਾਜੀ ਮੈਂ ਸਵੇਰੇ ਨਹੀਂ ਆਉਂਦਾ ਦੁਪਹਿਰ ਨੂੰ ਆਉਂਦਾ 2 ਘੰਟੇ ਦਾ ਟਾਈਮ ਆ ਬਸ ਨਹੀਂ ਕਿੰਨੇ ਵਜੇ ਆਉਂਦੇ ਹੋ 12:30 ਤੋਂ 1 ਵਜੇ ਦੇ ਵਿੱਚ ਵਿੱਚ ਆਉਂਦਾ ਫਿਕਸ ਟਾਈਮ ਨਹੀਂ ਆ 1 ਵਜੇ ਦੇ ਵਿੱਚ ਵਿੱਚ ਆ ਜਾਂਦਾ ਅੱਛਾ ਜੀ ਲੇਟ ਨਹੀਂ ਹੁੰਦਾ ਮੈਂ ਕਦੇ ਤੇ ਖਾਣਾ ਬਣਾਉਣਾ ਕਿੰਨੇ ਵਜੇ ਸਟਾਰਟ ਕਰਦੇ ਹੋ ਭਾਜੀ ਸਵੇਰੇ ਹੋ ਜਾਂਦਾ ਸਟਾਰਟ ਖਾਣਾ ਤਾਂ ਬਣਾਉਣਾ ਖਾਣਾ ਠੀਕ ਹੈ ਇਹ ਆਪਣੀ ਫੋਟੋ ਹੈ ਅੱਛਾ ਜੀ ਭਾਈ ਬਹੁਤ ਸੋਹਣੇ ਲੱਗ ਰਹੇ ਆ ਬਾਕੀ ਸੱਚੀ ਨੂੰ ਭਾਈ ਕਿਸੇ ਨੂੰ ਦਿਖਾਓਗੇ ਨਾ ਤੁਸੀਂ ਬਿਲਕੁਲ ਇਦਾਂ ਇਦਾਂ ਲੱਗ ਰਿਹਾ ਕਪਿਲ ਸ਼ਰਮਾ ਨੇ ਪੱਗ ਬੰਨੀ ਹੋਈ ਆ ਨਹੀਂ ਨਹੀਂ ਪੰਪ ਨਹੀਂ ਦੇ ਰਿਹਾ ਸੱਚ ਕਹਿ ਰਿਹਾ ਪੰਪ ਨਹੀਂ ਮੈਂ ਦਿੰਦਾ ਤੇ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਮੈਂ ਕਈ ਵਾਰੀ ਸੋਚਿਆ ਤੁਹਾਡੇ ਨਾਲ ਗੱਲ ਕਰਾਂ ਮੈਂ ਨਿਕਲ ਜਾਂਦਾ ਸੀ ਕਈ ਵਾਰੀ ਮੇਰੇ ਕੋਲ ਵਕਤ ਨਹੀਂ ਹੁੰਦਾ ਸੀ ਕਈ ਵਾਰ ਤੁਸੀਂ ਬਿਜ਼ੀ ਹੁੰਦੇ ਸੀ ਮੈਂ ਕਿਹਾ ਵੀ ਕੰਮ ਦੇ ਵਕਤ ਨਹੀਂ ਛੇੜਨਾ ਟਾਈਮ ਕੱਢ ਕੇ ਮੇਰੇ ਲਈ ਆਏ ਨਹੀਂ 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 ਮੈਨੂੰ ਤਾਂ ਆ ਲਓ ਮੋਬਾਈਲ ਤੁਹਾਡਾ ਸੋ ਵਾਈਫ ਮਦਦ ਕਰਦੀ ਹੈ ਤੁਹਾਨੂੰ ਖਾਣਾ ਬਣਾਉਣ 'ਚ ਬਿਲਕੁਲ ਸਰ ਉਹਦਾ ਬਹੁਤ ਵੱਡਾ ਹੱਥ ਹੈ ਜੀ ਕੰਮ ਲਈ ਠੀਕ ਹੈ ਸੋ ਬਾਈ ਜੀ ਨੇ ਦੇਖੋ ਅੰਦਰ ਗੱਡੀ ਦੇ ਸਾਰਾ ਕੁਛ ਰੱਖਿਆ ਹੋਇਆ ਤਰਪਾਲ ਵਗੈਰਾ ਸਾਰਾ ਕੁਛ ਅੱਛਾ ਬਾਈ ਜੀ ਐਂਡ 'ਚ ਥੋੜ੍ਹਾ ਜਿਹਾ ਲੋਕਾਂ ਨੂੰ ਕੀ ਐਡਵਾਈਸ ਦਿਓਗੇ ਸਾਡੇ ਆਪਣੇ ਸਿੱਖਾਂ ਨੂੰ ਪੰਜਾਬੀਆਂ ਨੂੰ ਮੈਂ ਤਾਂ ਕਹਿੰਦਾ ਯਾਰ ਇੱਦਾਂ ਦਾ ਕੰਮ ਕਰੋ ਕਿ
जिहड़े दूजी स्टेटां चो आ के साडे इत्थे काम कर रहे ने, पंजाब च या चंडीगढ़ मोहाली जिथे भी काम कर रहे ने, है ना, बाहर दे जिन्ने भी देख लो तुसीं, मोहाली च होणगे 10-15 लोग जिहड़े हैगे ने सरदार। चंडीगढ़ दा तकरीबन मेरे हिसाब नाल कोई नहीं हैगा जिहड़ा कोई करदा होएगा, कोई कोई होएगा इक दो बंदा, स्थान च है शायद इक, ते अदरवाइज मैनूं होर किते ने सरदार, नौकरियां पर हुण तुसीं अपना काम कर रहे हो, हुण जिहदा भाजी लोक तुहानूं बार बार पुछण आ रहे हैं, दिल करदा वी होर वी होणा चाहीदा सी, वी गाहक हुण जा रहे हैं मुड़ मुड़ के हैं। एक्चुअली प्रशासन करके ना मैं थोड़ा घट करया खाना, नहीं मेरे को खाना थोड़ा होर वध हुंदा सी पहले, हुण थोड़ा मैं घट करया ताकि पता नहीं हुंदा यार उहनां दा कदर आ जांदे आ, फिर इहदा हल तां कोई होणा चाहीदा, तुसीं तुसीं कोई माड़ा काम तां नहीं कर रहे? नहीं भाजी कोई माड़ा काम नहीं हैगा, उह कहिंदे वी तुसीं इत्थे लगा सकदे इहदे मेरे मतलब काम नाल की तुहाडी मतलब ट्रैफिक ਥਾਲੀ ਥਾਲੀ ਖਾਲੀ ਥਾਲੀ ਜਿਹੜੀ ਮੈਂ ਮਤਲਬ ਸਰਵ ਕਰਦਾ ਹਾਂ ਨਾ ਉਹਦੇ ਤੁਸੀਂ ਲਗਾ ਲਓ 9 ਰੁਪਏ ਤੋਂ ਬਾਅਦ ਮੇਰੇ ਕੋਲ ਖਰਚਾ ਕਿੰਨਾ ਹੈ ਜਿਹੜਾ ਡਿਸਪੋਜ਼ਲ ਤੁਸੀਂ ਡਿਸਪੋਜ਼ਲ ਹੈ ਉਹਦੇ ਚ ਗਲਾਸ ਵੀ ਡਿਸਪੋਜ਼ਲ ਹੁੰਦਾ ਆ ਠੀਕ ਹੈ ਤੇ ਥਾਲੀ ਵੀ ਹੈ ਚਮਚ ਵੀ ਹੈ ਤੇ ਮਤਲਬ ਉਹਨੂੰ 9-10 ਰੁਪਏ ਦਾ ਤਕਰੀਬਨ ਪੈਂਦਾ ਆ ਉਹ ਤੇ ਉਹਦੇ ਬਾਅਦ ਫਿਰ ਮੇਰਾ ਖਰਚਾ ਵੀ ਹੈ ਖੁਦ ਲਿਆ ਬਣਾਉਣ ਦਾ ਗੱਡੀ ਦਾ ਖਰਚਾ ਵੀ ਰੋਜ਼ ਲੈ ਕੇ ਆਉਣਾ ਲੈ ਕੇ ਜਾਣਾ ਇਹ ਇੱਕ ਵੀਕ ਚੱਲਦਾ ਇਹਦਾ ਤੇਲ 500 ਰੁਪਏ ਦਾ ਤੇ ਇੱਕ ਵੀਕ ਬਗੈਰ ਬਾਅਦ ਦਰਬਾਰਾ 500 ਰੁਪਏ ਦਾ ਤੇਲ ਪਾਉਣਾ ਪੈਂਦਾ ਮਤਲਬ 500 ਰੁਪਏ ਦਾ ਉਹ ਖਰਚਾ ਜਿਹੜਾ ਕਿਸੇ ਖਰਚੇ ਚ ਨਹੀਂ ਗਿਣਿਆ ਜਾਂਦਾ ਉਹ ਅਲੱਗ ਤੋਂ ਹੈ ਮਤਲਬ ਕਿ ਤੁਸੀਂ 50 ਰੁਪਏ ਦੇ ਵਿੱਚ ਤਾਂ ਇੱਕ ਕੜੀ ਦਿੰਦੇ ਹੋ ਇੱਕ ਪਨੀਰ ਦੀ ਸਬਜ਼ੀ ਰਾਜਮਾ ਹੁੰਦੇ ਆ ਇੱਕ ਪਨੀਰ ਦੀ ਡਿਸ਼ ਹੁੰਦੀ ਹੈ ਕੋਈ ਵੀ ਇੱਕ ਪਨੀਰ ਦਾ ਕੜੀ ਹੁੰਦਾ ਰਾਜਮਾ ਸ਼ਾਹੀ ਪਨੀਰ ਹੁੰਦਾ ਆ ਤੇ ਕੜਾਈ ਪਨੀਰ ਹੁੰਦਾ ਆ ਪਾਲਕ ਪਨੀਰ ਹੁੰਦਾ ਆ ਤੇ ਪਨੀਰ ਡੋ ਪਿਆਜ਼ਾ ਹੁੰਦਾ ਖਤਮ ਕੁਝ ਬਚ ਗਿਆ ਪਨੀਰ ਡੋ ਪਿਆਜ਼ਾ ਹੁੰਦਾ ਬਸ ਇਹੀ ਤਿੰਨ ਆਈਟਮ ਹੁੰਦੀਆਂ ਸਾਡੇ ਕੋਲ ਜ਼ਿਆਦਾਤਰ ਤੇ ਅਗਰ ਭਟੂਰਾ ਹੁੰਦਾ ਤਾਂ ਉਹਦੇ ਨਾਲ ਚਣੇ ਆਉਂਦੇ ਆ ਜ਼ਰੂਰ ਐਕਸਟਰਾ ਹੋ ਜਾਂਦਾ ਬਸ ਹੋਰ ਸੋ ਪ੍ਰਸ਼ਾਸਨ ਨੂੰ ਬਿਲਕੁਲ ਸੋਚਣਾ ਚਾਹੀਦਾ ਦੇਖੋ ਲੋਕੀ ਮੁੜ ਮੁੜ ਕੇ ਜਾ ਰਹੇ ਆ ਉਹਨਾਂ ਨੂੰ ਕਿ ਮੈਨੂੰ ਥੋੜੀ ਸੇਵਾ ਕਰਨ ਦਾ ਮੌਕਾ ਦਿਓ ਬਾਕੀ ਮੈਂ ਥੋੜਾ ਹੋਰ ਵਧਾ ਕੇ ਇਹਨੂੰ ਥੋੜੀ ਸੇਵਾ ਕਰਾਂ ਕਿਉਂਕਿ ਮੇਰੇ ਨਾਲ ਕੋਈ ਟ੍ਰੈਫਿਕ ਜਾਮ ਨਹੀਂ ਮੇਰੇ ਹਿਸਾਬ ਨਾਲ ਨਹੀਂ ਹੋ ਰਿਹਾ ਕਿਉਂਕਿ ਮੈਂ ਬਿਲਕੁਲ ਸਾਈਡ ਤੇ ਖੜਿਆ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਵੀ ਤੁਹਾਨੂੰ ਦਿਖ ਹੀ ਰਿਹਾ ਹੋਣਾ ਕਿਉਂਕਿ ਮੈਂ ਉਹਦੇ ਨਾਲ ਹੀ ਅੰਦਰ ਖੜਿਆ ਤੇ ਕੋਈ ਜ਼ਿਆਦਾ ਮੇਰੇ ਨਾਲ ਇਹਦੇ ਨਾਲ ਕੋਈ ਖਿਲਾਰਾ ਨਹੀਂ ਆ ਸਿਰਫ ਇੱਕ ਟੇਬਲ ਤੇ ਕੰਮ ਹੈ ਮੇਰਾ ਫਾਲਤੂ ਕੋਈ ਕੰਮ ਨਹੀਂ ਅਗਰ ਮੈਂ ਵਧਾਊਂਗਾ ਵੀ ਤਾਂ ਇਹੀ ਟੇਬਲ ਤੇ ਹੀ ਵਧੇਗਾ ਜੋ ਜ਼ਿਆਦਾ ਪ੍ਰਸ਼ਾਸਨ ਨੂੰ ਇਹ ਲੱਗਦਾ ਵੀ ਤੁਸੀਂ ਖਾਣਾ ਇੰਨਾ ਵਧੀਆ ਬਣਾਉਂਦੇ ਵੀ ਲੋਕਾਂ ਦੀ ਭੀੜ ਲੱਗ ਜਾਣੀ ਆ ਨਹੀਂ ਕੁਝ ਪਤਾ ਨਹੀਂ ਏਦਾਂ ਦਾ ਲੱਗਦਾ ਨਹੀਂ ਕਿਉਂਕਿ ਰੇੜੀਆਂ ਤਾਂ ਉਹ ਵੀ ਖੜੀਆਂ ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਬਿਲਕੁਲ ਉਹਦਾ ਬਸ ਹੁਣ ਕਿਆ ਕਰ ਸਕਦੇ ਹਾਂ ਜੀ ਹੁਣ ਜਾਂ ਪਤਾ ਨਹੀਂ ਸਰਦਾਰ ਬੰਦਾ ਦੇਖ ਕੇ ਦੂਜਾ ਸਰਦਾਰ ਨੂੰ ਕੰਮ ਨਹੀਂ ਕਰਨਾ ਦੇ ਸਕਦਾ ਹੈ ਨਾ ਤੇ ਉਹ ਵੀ ਜਿਹੜੇ ਜੋ ਵੀ ਆਉਂਦੇ ਨੇ ਮੈਂ ਸਗੋਂ ਉਹਨਾਂ ਨੂੰ ਰਿਕੁਐਸਟ ਹੀ ਕਰ ਸਕਦਾ ਕਿ ਪਲੀਜ਼ ਮੈਨੂੰ ਇੱਥੇ ਕੰਮ ਕਰਨ ਦਿਓ ਤਾਂ ਕਿ ਚਲੋ ਜੋ ਵੀ ਹੈ ਲਾਇਸੈਂਸ ਦਾ ਜਿਹੜਾ ਖਰਚਾ ਹੈਗਾ ਮੈਂ ਦੇਣ ਨੂੰ ਵੀ ਤਿਆਰ ਹਾਂ ਕੋਈ ਐਸੀ ਗੱਲ ਨਹੀਂ ਇਹ ਜੋ ਵੀ ਲਾਇਸੈਂਸ ਦਾ ਖਰਚਾ ਹੈਗਾ ਮੈਂ ਦੇ ਦੇਣਾ ਬਟ ਲਾਇਸੈਂਸ ਅਜੇ ਬਣਾਈ ਨਹੀਂ ਰਹੀ ਗੌਰਮੈਂਟ ਪਤਾ ਨਹੀਂ ਕਿਉਂ ਇੱਦਾਂ ਦਾ ਹੈ ਜਦਕਿ ਕੋਈ ਮੇਰੇ ਹਿਸਾਬ ਨਾਲ ਰੇਹੜੀਆਂ ਨਾਲ ਕੋਈ ਟ੍ਰੈਫਿਕ ਜਾਮ ਨਹੀਂ ਹੁੰਦਾ ਜਾਂ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਸੋ ਗੌਰਮੈਂਟ ਦਾ ਟੈਕਸ ਜਾਂ ਹੋਰ ਕੁਛ ਸਾਰਾ ਕੁਝ ਵੱਧ ਰਿਹਾ ਉਹਦੇ ਨਾਲ ਗੌਰਮੈਂਟ ਨੂੰ ਪੈਸਾ ਆ ਰਿਹਾ ਗੌਰਮੈਂਟ ਨੂੰ ਸੋਚਣਾ ਚਾਹੀਦਾ ਕਿ ਅਸੀਂ ਵਧਾਈਏ ਹੈ ਨਾ ਕੋਈ ਚਾਹੇ ਜਗ੍ਹਾ ਦੇ ਦਿਓ ਕਿਤੇ ਹੋਰ ਬਟ ਹੁਣ ਜਿੱਦਾਂ ਦੀ ਮੈਂ ਇਸ ਜਗ੍ਹਾ 'ਤੇ ਖੜਿਆ ਇੱਥੇ ਕੋਈ ਹੋਰ ਜਗ੍ਹਾ ਹੈ ਵੀ ਨਹੀਂ ਕਿ ਕਿਹੜੀ ਲੋਕੇਸ਼ਨ ਹੈ ਇਸ ਵਕਤ ਪੈਂਦੀ ਇਹ ਸਰ ਐਫ ਆਰ ਰੋਡ ਹੈ ਤੇ ਮਨਸਾ ਦੇਵੀ ਜਿਹੜੀ ਲਾਈਟ ਪੁਆਇੰਟ ਹੈ ਮਨਸਾ ਦੇਵੀ ਰੋਡ ਤੇ ਉੱਥੋਂ 200 ਮੀਟਰ ਦੂਰ ਤੇ ਮੈਂ ਖੜਿਆ ਜੀ ਫਨ ਰਿਪਬਲਿਕ ਬਾਰੇ ਸਾਰਿਆਂ ਨੂੰ ਪਤਾ ਹੋਊਗਾ ਮਨੀ ਮਾਜਰਾ ਸੈਕਟਰ 13 ਪੈਂਦਾ ਚੰਡੀਗੜ੍ਹ ਦਾ ਹੁਣ ਵੈਸੇ ਮਨੀ ਮਾਜਰਾ ਪੈਂਦਾ ਹੁਣ ਨਵਾਂ ਨਾਂ ਸੈਕਟਰ 13 ਬਣ ਗਿਆ ਵੈਸੇ ਸੈਕਟਰ 13 ਲਈ ਕਾਰਬੂਸ਼ੀਅਰ ਨੇ ਬਣਾਇਆ ਨਹੀਂ ਸੀਗਾ ਤਾਂ ਲੋਕੀ ਕਹਿੰਦੇ ਵੀ 13 ਸੈਕਟਰ ਹੈ ਨਹੀਂ ਚੰਡੀਗੜ੍ਹ 'ਚ ਪਰ ਹੁਣ ਬਣ ਗਿਆ ਹੈ ਨਾ ਔਰ 13 ਸੈਕਟਰ ਦੇ ਵਿੱਚ ਰਹਿਣ ਵਾਲੇ ਜਿਹੜੇ ਬੰਦੇ ਆ ਹੁਣ ਉਹ ਵੀ ਆਪਣੇ ਜਿਹੜਾ ਹੁਣ ਸ਼ਰਮ ਨਹੀਂ ਮਹਿਸੂਸ ਕਰਦੇ ਭਾਜੀ ਇੱਕ ਗੱਲ ਹੈਗੀ ਆ ਮੈਂ ਦੇਖਿਆ ਵੀ ਆਪਣੇ ਮਨੀ ਮਾਜਰੇ ਵਾਲੇ ਜਿਹੜੇ ਜੱਦੀ ਬੰਦੇ ਆ ਨਾ ਉਹਨਾਂ ਨੇ ਤਰੱਕੀ ਨਹੀਂ ਕੀਤੀ ਇੱਥੇ ਯੂਪੀ ਵਾਲੇ ਆ ਗਏ ਬਿਹਾਰ ਵਾਲੇ ਆ ਗਏ ਹੋਰ ਆ ਗਏ ਉਹਨਾਂ ਨੇ ਮਹਿਲ ਖੜੇ ਕਰ ਲਏ ਇੱਧਰ ਵਾਲੇ ਬੰਦਿਆਂ ਨੇ ਲਾਹਾ ਨਹੀਂ ਲਿਆ ਬਿਲਕੁਲ ਜੀ ਉਹਦੀ ਰਜਾ ਤੋਂ ਬਾਹਰ ਕੋਈ ਨੀ ਜਾ ਸਕਦਾ ਹੈਗਾ ਸਭ ਉਹਦੇ ਹੁਕਮ ਦੇ ਅੰਦਰ ਹੀ ਹੁੰਦਾ ਬਹੁਤ ਚੰਗਾ ਲੱਗਿਆ ਬਾਈ ਜੀ ਦੇ ਨਾਲ ਗੱਲ ਕਰਨ ਦੇ ਨਾ ਜਦੋਂ ਅਸੀਂ ਗੱਲ ਕੀਤੀ ਹੈ ਤੇ ਬਾਈ ਜੀ ਦਾ ਬੇਟਾ ਵੀ ਬੜਾ ਮੈਨੂੰ ਵਧੀਆ ਲੱਗਿਆ
ਤੇ ਸਿਹਤ ਵੀ ਬੜੀ ਸੋਹਣੀ ਆ ਤੇ ਇਸੇ ਇਹਦੀ ਸਿਹਤ ਨੂੰ ਦੇਖ ਕੇ ਪਤਾ ਲੱਗਦਾ ਵੀ ਭਾਜੀ ਖਾਣਾ ਕਿੰਨਾ ਵਧੀਆ ਬਣਾਉਂਦੇ ਹੋਣੇ ਆ। ਸੋ ਭਾਜੀ ਇੱਧਰ ਸਾਰਾ ਜਿਹੜਾ ਸਮਾਨ ਸੀਗਾ ਨੀਚੇ ਕਿਸੇ ਨੇ ਖਾ ਕੇ ਸੁੱਟਿਆ ਵੀ ਹੋਇਆ ਭਾਜੀ, ਜਿਹੜਾ ਸਮਾਨ ਸੁੱਟਿਆ ਹੋਇਆ ਕਿਸੇ ਨੇ ਇੱਕ ਗਲਾਸ ਵੀ ਨਹੀਂ ਛੱਡ ਕੇ ਜਾਂਦਾ, ਸਾਰਾ ਕੁਝ ਚੱਕ ਕੇ ਜਾਂਦਾ ਜੀ। ਅੱਛਾ ਜੀ, ਕਦੇ ਕੋਈ ਏਦਾਂ ਦਾ ਮਤਲਬ ਖਿਲਾੜੇ ਬਣਨ ਵਾਲਾ ਕੰਮ ਨਹੀਂ ਹੈਗਾ। ਠੀਕ ਹੈ, ਸੋ ਇਹੋ ਜਿਹਾ ਬੰਦਾ ਨਹੀਂ ਮਿਲਣਾ ਵੀ ਜਿਹੜਾ ਨਾਲੇ ਤਾਂ ਖਵਾ ਕੇ ਫਿਰ ਸਾਰਾ ਸਮਾਨ ਵੀ ਇਕੱਠਾ ਕਰਕੇ ਕੋਈ ਗੰਦ ਵੀ ਨਾ ਪਾ ਕੇ ਜਾਵੇ। ਸੋ ਮੈਂ ਦਰਖਾਸਤ ਕਰੂੰਗਾ ਜਿਹੜੀ ਵੇਖ ਰਿਹਾ ਜ਼ਰੂਰ, ਜੇ ਕਿਸੇ ਦੀ ਪਹੁੰਚ ਹੈਗੀ ਹੈ ਪ੍ਰਸ਼ਾਸਨ ਤੱਕ ਤਾਂ ਇਹੋ ਜਿਹੇ ਬੰਦਿਆਂ ਦੀ ਜ਼ਰੂਰ ਹੈਲਪ ਕਰਨੀ ਚਾਹੀਦੀ। ਦੇਖੋ ਜਿਹੜਾ ਕੁਛ ਵੀ ਨਹੀਂ ਛੱਡ ਕੇ ਜਾ ਰਹੇ ਪਿੱਛੇ, ਹੈ ਨਾ, ਵੀ ਕੋਈ ਕਿਸੇ ਨੂੰ ਸਫਾਈ ਕਰਨ ਦੀ ਵੀ ਜ਼ਰੂਰਤ ਨਾ ਪਵੇ। ਠੀਕ ਹੈ ਭਾਜੀ, ਥੈਂਕ ਯੂ ਭਾਜੀ, ਧੰਨਵਾਦ ਜੀ, ਤੁਹਾਨੂੰ ਰੱਬ ਇੱਦਾਂ ਹੀ ਤਰੱਕੀ ਬਖਸ਼ੇ, ਹੈ ਨਾ, ਅਤੇ ਤੁਹਾਡਾ ਸਮਾਨ ਇੱਦਾਂ ਹੀ ਖਾਲੀ ਕਹੋ ਕਿ ਤੁਹਾਡੇ ਭਾਂਡੇ ਜਾਣ ਘਰ ਨੂੰ। ਠੀਕ, ਧੰਨਵਾਦ ਜੀ। ਸੋ ਜ਼ਰੂਰ ਆਇਓ ਜੀ ਮਨੀ ਮਾਜਰਾ ਸੈਕਟਰ 13 ਮੋਰਟਰ ਮਾਰਕੀਟ, ਜਦੋਂ ਵੀ ਤੁਸੀਂ ਆਉਂਦੇ ਹੋ ਭਾਈ ਜੀ ਦਾ ਖਾਣਾ ਜ਼ਰੂਰ ਤੁਸੀਂ ਇਹਦਾ ਟੇਸਟ ਕਰਕੇ ਜਾਇਓ ਜੀ। ਧੰਨਵਾਦ ਸਾਰਿਆਂ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।